ਮੈਨੂੰ ਸ਼ੌਂਕ ਹੈ ਕਤਲ ਕਰਨ ਦਾ। ਜਿਹੜਾ ਮੇਰੇ ਅੱਗੇ ਉੱਚੀ ਬੋਲਿਆ, ਜੇਲ੍ਹ ਜਾ ਰਹੀ ਕੈਦੀਆਂ ਦੀ ਵੈਨ ਤੇ ਹਮਲਾ ਤੇ ਕੈਦੀ ਹੋਏ ਉੱਥੋਂ ਫਰਾਰ। ਭਰਪੂਰ ਸਿੰਘ ਭੂਰਾ ਇਹ ਆਪਣਾ ਦਿਮਾਗ ਸ਼ਾਂਤ ਰੱਖਣ ਦੇ ਲਈ ਸਮਾਧੀ ਲਾਉਂਦਾ ਤੇ ਸ਼ਾਂਤੀ ਭੰਗ ਕਰਨ ਵਾਲੇ ਨੂੰ ਇਹਨੇ ਕਦੀ ਨਹੀਂ ਬਖਸ਼ਿਆ। ਪੁਆਇੰਟ ਇਹ ਆ ਕਿ ਉਹ ਗਿਆ ਕਿੱਥੇ ਹੋ? ਜਦੋਂ ਤੱਕ ਆਪਾਂ ਇੱਥੇ ਆ ਨਾ, ਆਪਾਂ ਸੇਫ ਹਾਂ। ਇਹ ਆਪਾਂ ਨੂੰ ਨਹੀਂ ਦੇਖ ਸਕਦੇ। ਮੈਨੂੰ ਕੀ ਪਤਾ, ਸਾਨੂੰ ਪੁਲਿਸ ਨੂੰ ਫੋਨ ਕਰਨਾ ਚਾਹੀਦਾ। ਓਹ ਸ਼ਿਟ, ਬੰਦਾ ਕਾਹਦੇ ਨਾਲ ਮਾਰੀਦਾ, ਪਿਸਤੌਲ ਨਾਲ ਕਿ ਕੈਂਚੀ ਨਾਲ? ਕਾਹਦੇ ਨਾਲ? ਸਵਾਦ ਨਾਲ। ਸਾਨੂੰ ਬਾਹਰ ਨਿਕਲ ਕੇ ਕਿਸੇ ਦੀ ਹੈਲਪ ਲੈਣੀ ਚਾਹੀਦੀ। ਕਿਸ ਦੀ ਹੈਲਪ ਲਾਂਗੇ? ਇੱਥੇ ਪੂਰੀ ਸੁਸਾਇਟੀ 'ਚ ਚਾਰ ਤਾਂ ਫੈਮਲੀਜ਼ ਨੇ। ਤੁਸੀਂ ਇਸ ਕਰੇ ਆ ਕੇ ਗਲਤੀ ਕਰ ਲਈ। ਵੈਲਕਮ ਟੂ ਆਰ ਚੈਨਲ। ਉਮੀਦ ਹੈ ਕਿ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਪੰਜਾਬੀ ਮੂਵੀ ਲਵਰ ਹਮੇਸ਼ਾ ਤੋਂ ਡਿਮਾਂਡ ਕਰ ਰਹੇ ਨੇ ਕਿ ਪੰਜਾਬੀ ਐਕਟਰਾਂ ਨੂੰ ਅਤੇ ਪ੍ਰੋਡਿਊਸਰਾਂ ਨੂੰ ਪੰਜਾਬੀ ਐਕਸ਼ਨ ਫਿਲਮਾਂ ਜ਼ਿਆਦਾ ਬਣਾਉਣੀਆਂ ਚਾਹੀਦੀਆਂ ਨੇ। ਤੁਸੀਂ ਸਭ ਨੇ ਗਿੱਪੀ ਗਰੇਵਾਲ ਦੀ ਵਾਰਨਿੰਗ ਫਿਲਮ ਨੂੰ ਬੇਹੱਦ ਪਸੰਦ ਕੀਤਾ ਸੀ ਅਤੇ ਜਦੋਂ ਵਾਰਨਿੰਗ ਰਿਲੀਜ਼ ਹੋਈ ਸੀ ਤਾਂ ਸਭ ਲੋਕਾਂ ਨੇ ਕਿਹਾ ਸੀ ਕਿ ਪੰਜਾਬੀ ਐਕਟਰ ਅਤੇ ਪ੍ਰੋਡਿਊਸਰ ਚੰਗੀਆਂ ਫਿਲਮਾਂ ਬਣਾਉਣ ਲੱਗ ਪਏ ਨੇ। ਅਤੇ ਮੈਂ ਤੁਹਾਨੂੰ ਦੱਸ ਦੇਵਾਂ, ਉਹੀ ਡਰਾਮਾ ਅਤੇ ਐਕਸ਼ਨ ਵੇਖਣ ਲਈ ਮੁੜ ਕੇ ਹੋ ਜਾਓ ਤਿਆਰ, ਕਿਉਂਕਿ ਇੱਕ ਨਵੀਂ ਪੰਜਾਬੀ ਫਿਲਮ ਹੋ ਗਈ ਹੈ ਤਿਆਰ, ਜਿਹੜੀ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਹਦਾ ਨਾਂ ਹੈ ਕ੍ਰਿਮੀਨਲ। ਅਤੇ ਉਹਦੇ ਟ੍ਰੇਲਰ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਇਹ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੱਖਰਾ ਐਕਸ਼ਨ ਅਤੇ ਵੱਖਰਾ ਕੰਸੈਪਟ ਲੈ ਕੇ ਆਉਣ ਵਾਲੀ ਹੈ। ਪੋਸਟਰ ਦੇ ਵਿੱਚ ਤੁਸੀਂ ਸਟਾਰ ਕਾਸਟ ਵੇਖ ਸਕਦੇ ਹੋ, ਨੀਰੂ ਬਾਜਵਾ, ਪ੍ਰਿੰਸ ਕਵਲਜੀਤ ਅਤੇ ਰਘੁਵੀਰ ਭੋਲੀ। ਅਤੇ ਇਹਨਾਂ ਦੀ ਫੋਟੋਆਂ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਫਿਲਮ ਕਿੰਨੀ ਇੰਟੈਂਸ ਹੋਣ ਵਾਲੀ ਹੈ। ਨੀਰੂ ਬਾਜਵਾ ਦੇ ਫੇਸ 'ਤੇ ਐਕਸਪ੍ਰੈਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਨੀਰੂ ਬਾਜਵਾ ਵੀ ਐਕਸ਼ਨ ਵਿੱਚ ਨਜ਼ਰ ਆਉਣਗੀ। ਇਹ ਵੱਖਰਾ ਕੰਸੈਪਟ ਤੁਹਾਨੂੰ ਪੰਜਾਬੀ ਇੰਡਸਟਰੀ 'ਚ ਪਹਿਲੀ ਵਾਰ ਵੇਖਣ ਨੂੰ ਮਿਲੇਗਾ। ਤੁਹਾਨੂੰ ਦੱਸ ਦੇਵਾਂ ਕਿ ਇਸ ਫਿਲਮ ਨੂੰ ਪੰਜਾਬੀ ਐਕਟਰ ਗਿੱਪੀ ਗਰੇਵਾਲ ਪ੍ਰੋਡਿਊਸ ਕਰ ਰਹੇ ਨੇ ਅਤੇ ਇਸ ਫਿਲਮ ਦੀ ਕਹਾਣੀ ਯਕੀਨਨ ਯੂਨੀਕ ਹੋਣ ਵਾਲੀ ਹੈ। ਇਸ ਫਿਲਮ 'ਚ ਤੁਹਾਨੂੰ ਬਹੁਤ ਸਾਰਾ ਸਸਪੈਂਸ, ਬਹੁਤ ਸਾਰਾ ਐਕਸ਼ਨ ਵੇਖਣ ਨੂੰ ਮਿਲੇਗਾ। ਪੰਜਾਬੀ ਵਿਵਰ ਇਸ ਟ੍ਰੇਲਰ ਨੂੰ ਵੇਖ ਕੇ ਬੜੇ ਹੀ ਐਕਸਾਈਟਡ ਨੇ ਅਤੇ ਫਿਲਮ ਦੀ ਉਡੀਕ ਦੇ ਵਿੱਚ ਲੱਗ ਗਏ ਨੇ। ਅਤੇ ਵਿਵਰ, ਤੁਸੀਂ ਕਿੰਨੇ ਐਕਸਾਈਟਡ ਹੋ ਇਸ ਫਿਲਮ ਦੇ ਬਾਰੇ ਵਿੱਚ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਮਿਲਦੇ ਹਾਂ ਅਗਲੀ ਅਪਡੇਟ ਵਿੱਚ ਇੱਕ ਨਵੇਂ ਕੰਸੈਪਟ ਦੇ ਨਾਲ। ਵੀਡੀਓ ਪਸੰਦ ਆਵੇ ਤਾਂ ਪਲੀਜ਼ ਲਾਈਕ ਅਤੇ ਸ਼ੇਅਰ ਕਰਿਓ, ਅਤੇ ਇਸੀ ਤਰ੍ਹਾਂ ਦੀ ਪੰਜਾਬੀ ਅਪਡੇਟ ਦੇ ਬਾਰੇ ਜਾਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੁਸੀਂ ਇਸ ਕਰਿਆ ਕਿ ਗਲਤੀ ਕਰ ਲਈ।